ਸਤਿ ਸ਼੍ਰੀ ਅਕਾਲ, ਮੈਂ ਦਵਿੰਦਰ ਕੌਰ ਸੈਣੀ ਫਿਰ ਹਾਜ਼ਰ ਹਾਂ ਤੁਹਾਡੇ ਵਿਹੜੇ ਵਿੱਚ ਸ਼ਬਦ ਜੋੜਾਂ ਦੀ ਸ਼ੁੱਧਤਾ ਅਤੇ ਅਸ਼ੁੱਧਤਾ ਦੀ ਗੱਲ ਕਰਦੀ ਹੋਈ। ਅੱਜ ਆਪਾਂ ਵਾਕ ਲੈ ਰਹੇ ਹਾਂ ਜਿਹੜੇ ਆਮ ਤੌਰ 'ਤੇ ਕਈ ਵਾਰੀ ਕੁਛ ਐਸੇ ਸ਼ਬਦਾਂ ਦੇ ਨਾਲ ਜੋੜੇ ਜਾਂਦੇ ਆ ਜਿੱਥੇ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਸ਼ਬਦ ਲੱਗਣਾ ਹੈ ਕਿ ਦੂਸਰਾ ਸ਼ਬਦ ਲੱਗਣਾ। ਵਾਕ ਹੈ ਤੁਹਾਡੇ ਸਾਹਮਣੇ ਹੈ, ਮੈਂ ਪਰਦੇਸ ਜਾ ਕੇ ਉੱਧਰ ਅਤੇ ਉੱਧਰ ਗਿਆ ਹਾਂ। ਇੱਕ ਉੱਧਰ ਦਾ ਮਤਲਬ ਹੋ ਗਿਆ ਉਸ ਪਾਸੇ, ਉੱਧਰ ਦਾ ਮਤਲਬ ਹੋ ਗਿਆ ਮੈਂ ਕਿਸੇ ਨੂੰ ਮਹਿਸੂਸ ਕਰ ਰਿਹਾ ਤੁਹਾਡੀ ਦੂਰੀ ਨੂੰ, ਉੱਧਰ ਜਾਣਾ, ਯਾਦ ਕਰਨਾ। ਮੈਂ ਪਰਦੇਸ ਜਾ ਕੇ ਉੱਧਰ ਗਿਆ ਹਾਂ, ਉੱਧਰ ਨਹੀਂ ਉੱਧਰ ਗਿਆ ਹਾਂ। ਅਗਲਾ ਹੈ, ਰਾਮ ਨੇ ਇਹ ਕੰਮ ਜਾਣ ਜਾਣ ਕੇ ਕੀਤਾ। ਹੁਣ ਆਪਾਂ ਦੇਖਣਾ ਇਹਦੇ 'ਚ ਕਿਹੜਾ ਸ਼ਬਦ ਲਈ, ਜਾਣ ਕੇ ਕਰਨਾ ਹੈ, ਜਾਣ ਬੁੱਝ ਕੇ ਕਰਨਾ, ਜਾਣ ਦਾ ਮਤਲਬ ਤੁਹਾਡੀ ਜਾਨ ਹੈ। ਰਾਮ ਨੇ ਇਹ ਕੰਮ ਜਾਣ ਕੇ ਕੀਤਾ, ਜਾਣ ਬੁੱਝ ਕੇ ਕੀਤਾ। ਅਗਲਾ ਹੈ, ਇਸ ਸੌਦੇ ਵਿੱਚ ਹਾਣ ਹਾਨ ਲਾਭ ਸੋਚ ਕੇ ਗੱਲ ਕਰੋ। ਇੱਕ ਸ਼ਬਦ ਹੈ ਹਾਣ ਅਤੇ ਦੂਸਰਾ ਹੈ ਹਾਨ। ਹਾਣ ਹੁੰਦਾ ਤੁਹਾਡਾ ਹਾਣੀ, ਹਾਨ ਹੁੰਦਾ ਹਾਨੀ, ਅਤੇ ਇੱਥੇ ਹਾਨੀ ਆਏਗਾ। ਰਾਮ ਨੇ ਇਹ ਕੰਮ ਲਾਭ ਅਤੇ ਹਾਨੀ ਹਾਨ ਸੋਚ ਕੇ ਕੀਤਾ, ਹਾਹੇ ਨੂੰ ਕਰਨਾ ਨੰਨਾ ਵਾਲਾ। ਅਗਲਾ ਸ਼ਬਦ ਹੈ, ਮਾਪੇ ਬੱਚਿਆਂ ਦੀ ਪਾਲਣਾ ਅਤੇ ਪਾਲਣਾ ਕਰਦੇ ਹਨ। ਪਾਲਣਾ ਜਿਹੜਾ ਸ਼ਬਦ ਹੈ ਇਹ ਹਿੰਦੀ ਦਾ ਸ਼ਬਦ ਹੈ, ਪਾਲਣਾ ਪੰਜਾਬੀ ਦਾ ਸ਼ਬਦ ਹੈ। ਮਾਪੇ ਬੱਚਿਆਂ ਦੀ ਪਾਲਣਾ ਕਰਦੇ ਹਨ, ਨਾਣੇ ਵਾਲਾ ਠੀਕ ਹੈ। ਉਹ ਆਦਮੀ ਖਾਂਦਾ ਪੀਂਦਾ ਨਿੱਗਰ ਅਤੇ ਨਿੱਗਰ ਗਿਆ। ਇੱਕ ਹੈ ਨਿੱਗਰ ਜਾਣਾ, ਘੱਟ ਹੋਈ ਜਾਣਾ, ਨਿੱਗਰ ਹੁੰਦਾ ਕੋਈ ਚੀਜ਼ ਠੋਸ ਹੋਣੀ। ਉਹ ਆਦਮੀ ਖਾਂਦਾ ਪੀਂਦਾ ਨਿੱਗਰ ਗਿਆ, ਘੱਗੇ ਵਾਲਾ ਠੀਕ ਹੈ। ਮੈਨੂੰ ਸਾਡੇ ਸਾਢੇ ਚਾਰ ਮੀਟਰ ਕੱਪੜਾ ਦਿਓ, ਮੈਨੂੰ ਸਾਢੇ ਚਾਰ ਮੀਟਰ ਕੱਪੜਾ ਦਿਓ ਜਾਂ ਸਾਢੇ ਚਾਰ ਮੀਟਰ ਦਿਓ, ਠੀਕ ਬੋਲਾਂਗੇ ਠੀਕ ਲਿਖਾਂਗੇ। ਸਾਢੇ ਦਾ ਮਤਲਬ ਅੱਧਾ, ਚਾਰ ਤੋਂ ਹੋਰ ਅੱਧਾ, ਸਾਢੇ ਢੱਡੇ ਵਾਲਾ ਠੀਕ ਹੈ। ਸਾਢੇ ਚਾਰ ਮੀਟਰ ਕੱਪੜਾ ਦਿਓ, ਮੇਰਾ ਸੰਘ ਅਤੇ ਸੰਗ ਦੁਖਦਾ ਹੈ, ਸੰਘ ਦੁਖਦਾ ਹੈ ਗਲਾ, ਸੰਘ ਹੁੰਦਾ ਨਾਲ, ਮੇਰਾ ਸੰਘ ਦੁਖਦਾ ਹੈ ਘੱਗੇ ਵਾਲਾ ਠੀਕ ਹੈ, ਜਿਹੜੇ ਅਕਸਰ ਆਪਾਂ ਗਲਤੀ ਕਰ ਬੈਠਦੇ ਹਾਂ। ਅਗਲਾ ਸ਼ਬਦ ਹੈ, ਮੇਰੀ ਗੱਲ ਗੱਲ ਤਾਂ ਸੁਣੋ, ਮੇਰੀ ਗੱਲ ਸੁਣੋ ਇਜ਼ ਗੱਲ, ਗੱਲ ਇਜ਼ ਚੀਕ। ਅਗਲਾ ਹੈ, ਜੰਗਲ ਬਹੁਤ ਸੰਘਣਾ ਸੰਘਣਾ ਹੈ, ਸੰਘਣਾ ਹੁੰਦਾ ਹੈ ਬਹੁਤ ਜ਼ਿਆਦਾ, ਜਿੱਥੇ ਦਰਖਤ ਹੋਣ ਜੰਗਲ ਵਰਗੇ, ਸੰਘਣਾ ਬਹੁਤ ਨੇੜੇ ਨੇੜੇ ਹੋਣ, ਸੰਘਣਾ ਹੁੰਦਾ ਹੈ ਸ਼ਰਮਸਾਰ ਹੋਣਾ। ਮੈਂ ਕੋਈ ਸੁਗੰਧ ਸੁਗੰਧ ਨਹੀਂ ਖਾਂਦਾ, ਸੁਗੰਧ ਹੁੰਦਾ ਹੈ ਕਿਸੇ ਚੀਜ਼ ਦੀ ਖੁਸ਼ਬੂ ਆਣੀ, ਸੁਗੰਧ ਸੌਂਹ ਖਾਣੀ। ਬੱਚੇ ਨੂੰ ਖਿਡਾਉਣਾ ਸਿੱਖੋ, ਇੱਕ ਹੈ ਖਿਡਾਉਣਾ, ਇੱਕ ਹੈ ਖਿਡਾਉਣਾ, ਖਿਡਾਉਣਾ ਉਹ ਖਿਡਾਉਣਾ ਇਜ਼ ਜਿਹਨੂੰ ਹਿੰਦੀ 'ਚ ਆਪਾਂ ਖਿਲਾਉਣਾ ਕਹਿੰਦੇ ਹਾਂ, ਇਹ ਖਿਡਾਉਣਾ ਕਿ ਉਹਨੂੰ ਕਿਵੇਂ ਖਿਡਾਇਆ ਜਾਵੇ। ਬੱਚੇ ਨੂੰ ਖਿਡਾਉਣਾ ਸਿੱਖੋ, ਪਹਿਲੇ ਵਾਲਾ ਠੀਕ ਹੈ, ਦੂਸਰੇ ਵਾਲਾ ਗਲਤ ਹੈ। ਅੰਤ ਜਾਂ ਅੱਤ ਦੀ ਗਰਮੀ ਪੈ ਰਹੀ ਹੈ, ਅੰਤ ਦੀ ਗਰਮੀ ਗਲਤ ਹੈ, ਅੱਤ ਦੀ ਗਰਮੀ ਮੀਨਸ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਸ਼ਬਦ ਜੋੜਾਂ ਨੂੰ ਕੁਛ ਹੱਦ ਤੱਕ ਤੁਸੀਂ ਸਮਝ ਗਏ ਹੋਵੋਗੇ। ਧੰਨਵਾਦ।